भगवान जी तुसी साडे कोल आए, तुसी सानू समां दित्ता, असीं तुहाडा बहुत बहुत धन्नवाद करदे हां। नी लैण दे विच किवें आए? सब नूं पहलां उदां भलानी लैण दे विच साडे चाचा जी कुलतार सिंह, उदों फिर साडे जिहड़े उस्ताद जी परमिंदर सिंह डूमछेड़ी, मैं उहनां दा शिकरदा जी, उह साडे गुरु जी ने। तां साडे साडे घर दे विच सब नूं पहलां मेरे चाचा जी ने भलानी कीती है। उदों असीं छोटे छोटे हुंदे सी, तकरीबन असी सानू कुश्ती दे विच 7-8 साल दे नू असी कुश्ती दे विच कुश्ती दे खेतर दे विच आ गए। 7-8 साल तो ही कुश्ती दी लैंदे? हाँ जी हाँ जी, बचपन दे विच जानी गुड़ती जिहड़ी ओह परिवार दे विच, तुहानू भलवानी परिवार दे विच मिली है? हाँ जी, इह सब नू बहुत वड्डा सानू फायदा होया इहदा। ते तुसी कमलजीत जी किन्ने पढ़े हुए हो? मैं तकरीबन बी ए कर चुक करदा, जानी कि हाई फाइनल दे विच, जानी कि मेरा अपने स्कूल कॉलेज दे विच भी कंपीटीशन लड़े हैं जी। हाँ, तुहाडा स्कूल या कॉलेज दे विच जिहड़े तुसी कंपीटीशन लड़े हैं, तो उहदे विच तुहाडियां की प्राप्तियां? लेकिन मैं स्कूलों दे विच मैं घट लैणा थोड़ा जिहा जी, लेकिन हुण मैं 2011-12 ਦੇ ਵਿੱਚ ਮੇਰਾ ਆਲ ਇੰਡੀਆ ਯੂਨੀਵਰਸਿਟੀ ਤੋਂ ਵਿੱਚ ਗੋਲਡ ਆਈ। ਹਾਂ, ਬਹੁਤ ਖੁਸ਼ੀ ਦੀ ਗੱਲ ਆ ਵੀ ਤੁਸੀਂ ਛੋਟੀ ਉਮਰ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਨੂੰ ਜਿਹੜੀ ਪਹਿਲਵਾਨੀ ਦੀ ਗੁੜਤੀ ਹੈ ਜਿਹੜੀ ਉਹ ਪਰਿਵਾਰ ਦੇ ਵਿੱਚੋਂ ਵਿਰਸੇ ਦੇ ਵਿੱਚੋਂ ਮਿਲੀ ਹੈ, ਅਤੇ ਤੁਸੀਂ ਸਕੂਲ ਲੈਵਲ 'ਤੇ ਜਾਂ ਕਾਲਜ ਲੈਵਲ 'ਤੇ ਤੁਸੀਂ ਬਹੁਤ ਵਧੀਆ ਜਿਹੜਾ ਗੋਲਡ ਮੈਡਲ ਜਿੱਤ ਕੇ ਬਹੁਤ ਵੱਡਾ ਜਿਹੜਾ ਮਾਣ ਹਾਸਿਲ ਕੀਤਾ। ਅਤੇ ਤੁਹਾਡੀ ਭਲਵਾਨ ਜੀ ਖੁਰਾਕ ਕੀ ਹੈ ਰੋਜ਼ਾਨਾ ਦੀ, ਡਾਇਟ ਕੀ ਹੈ ਤੁਹਾਡੀ? ਲੇਕਿਨ ਪਹਿਲਵਾਨ ਦੀ ਡਾਇਟ ਤਾਂ ਬਹੁਤ ਜ਼ਿਆਦਾ ਹੁੰਦੀ ਆ ਜੀ, ਪਰ ਹੋਣੀ ਵੀ ਜ਼ਿਆਦਾ ਚਾਹੀਦੀ, ਜਿੰਨੀ ਪ੍ਰੈਕਟਿਸ ਕਰੂੰਗੇ ਤਾਂ ਉਨਾ ਖਾਣਾ ਪੈਂ ਡਾਇਟ ਲੈਣੀ ਪੈਂਦੀ ਆ। ਅਤੇ ਅਸੀਂ ਸਾਡੀ ਤਾਂ ਅੱਜ ਤੱਕ ਅਸੀਂ ਦੇਸੀ ਖੁਰਾਕ ਲੈ ਰਹੇ ਹਾਂ ਸਾਰੀ ਜੀ। ਮੈਂ ਤੁਹਾਡੇ ਤੋਂ ਇੱਕ ਗੱਲ ਹੋਰ ਪੁੱਛੀ ਸੀ ਵੀ ਤੁਸੀਂ ਕਿੰਨੀਆਂ ਗੱਡੀਆਂ ਜਿੱਤੀਆਂ ਹੁਣ ਤੱਕ, ਕਿੰਨੇ ਮੋਟਰਸਾਈਕਲ, ਕੜੇ, ਮੁੰਦੀਆਂ? ਜਾਂ ਠੰਡਾਂ ਦੇ ਵਿੱਚ ਅਕਸਰ ਦੇਖਦੇ ਹਾਂ ਵੀ ਲੋਕ ਝੋਟੀਆਂ ਜਿਹੜੀਆਂ ਇਨਾਮ 'ਚ ਦਿੰਦੇ ਆ, ਵੀ ਕਿੰਨੀਆਂ ਕੁ ਤੁਸੀਂ ਹੁਣ ਤੱਕ ਜਿਹੜੀਆਂ ਝੋਟੀਆਂ ਜਿੱਤ ਚੁੱਕੇ ਆ? ਮੈਂ ਤਕਰੀਬਨ ਪਿਛਲੇ 7-8 ਸਾਲਾਂ ਤੋਂ ਝੰਡੇ 'ਤੇ ਲੜਦਾ ਆ ਰਿਹਾ ਜੀ। ਤਕਰੀਬਨ ਇੰਨਾ ਕੁ ਵੇਰਵਾ ਤਾਂ ਆਪਾਂ ਲਾ ਨਹੀਂ ਸਕਦੇ ਪਿਛਲਾ, ਜਾਣੀ ਕਿ ਮੋਟਾ ਮੋਟਾ ਹਾਂ, ਇਹ ਕੜੇ ਮੁੰਦੀਆਂ ਬਹੁਤ ਜ਼ਿਆਦਾ, ਜਿੰਨਾ ਚਲੋ 40-50 ਕੜੇ ਮੁੰਦੀਆਂ, ਕੜੇ ਜੇ ਲੈ ਲਓ, ਫਿਰ ਉੱਦਾਂ ਝੋਟੀਆਂ ਵੀ ਲਾ ਲਓ ਇੰਨੀਆਂ ਕੁ ਜੀ। ਫਿਰ ਪਿਛਲੇ ਇਸ ਵਾਰ ਵੀ ਮੈਂ ਰੂਪਵਾਲ ਤੋਂ ਆਲਟੋ ਗੱਡੀ ਜਿੱਤ ਚੁੱਕਾ ਜੀ। ਫਿਰ ਦੋ ਪਹਿਲਾਂ ਵੀ ਇੱਥੋਂ ਮਰੂਤੀ ਅਤੇ ਨੈਨੋ ਗੱਡੀ, ਉਹ ਵੀ ਜਿੱਤ ਚੁੱਕਾ ਜੀ। ਦੋ ਤਿੰਨ ਜਿਹਨੇ ਕੋਈ ਗੱਡੀ ਜਿੱਤ ਚੁੱਕਾ ਜੀ। ਅਤੇ ਤੁਹਾਡਾ ਕੋਈ ਵਿਦੇਸ਼ੀ ਟੂਰ ਨਹੀਂ ਹਾਲੇ ਤੱਕ? ਜਿੱਦਾਂ ਵਿਦੇਸ਼ੀ ਟੂਰ ਤਾਂ ਨਹੀਂ ਲੱਗਿਆ, ਜਾਣੀ ਕਿ ਉਹਦੇ ਵਿੱਚ ਥੋੜ੍ਹੀਆਂ ਅਟਕਾਂ ਆ ਗਈਆਂ ਥੋੜ੍ਹੀਆਂ ਜਿਹੀਆਂ। ਪਹਿਲਾਂ ਮੈਂ ਇੰਡੀਆ ਕੈਂਪ ਦੇ ਵਿੱਚ ਵੀ 2-3 ਵਾਰ ਰਹਿ ਚੁੱਕਾ। ਮਤਲਬ ਇਹ ਚੀਜ਼ ਬਿਲਕੁਲ ਯੂਜ਼ ਨਹੀਂ ਕਰਨੀ, ਵੀ ਇਹਦੇ ਬਾਰੇ ਤੁਸੀਂ ਵੀ ਥੋੜ੍ਹਾ ਵਿਸਥਾਰ 'ਚ ਦੱਸਿਓ ਕੀ ਤੁਹਾਡਾ ਤਜਰਬਾ ਵੀ ਉਹ ਪ੍ਰੋਟੀਨ ਬਾਰੇ। ਲੇਕਿਨ ਪ੍ਰੋਟੀਨ ਬਾਰੇ ਤਾਂ ਇਹ ਹੈ ਜੀ ਵੀ ਜਿਹੜੇ ਬੰਦੇ ਨਹੀਂ, ਚਲੋ ਆਪਾਂ ਦਾ ਦੁੱਧ ਕੀ, ਇਹਦੇ ਵਿੱਚ ਸਾਰਾ ਪ੍ਰੋਟੀਨ ਮਿਲਦਾ ਜੀ ਬਿਲਕੁਲ। ਔਰ ਉਸ ਤੋਂ ਜ਼ਿਆਦਾ ਲਾ ਲਓ ਚਿਕਨ ਵਗੈਰਾ, ਇਹਦੇ ਵਿੱਚ ਸਭ ਕੁਛ ਮਿਲ ਜਾਂਦਾ ਪ੍ਰੋਟੀਨ ਦਾ। ਅਤੇ ਪ੍ਰੋਟੀਨ ਇੱਦਾਂ ਦਾ ਉਹਦੇ ਵਿੱਚ ਕਈ ਸਹੀ ਤਾਂ ਹੁੰਦਾ ਹੀ ਨਹੀਂ ਜੀ, ਉਹਦੇ ਵਿੱਚ ਕੈਮੀਕਲ ਕੁਛ ਨਾ ਕੁਛ ਤਾਂ ਮਿਲਾਵਟ ਹੁੰਦੀ ਹੋਈ ਜੀ, ਉਹਦੇ ਨਾਲ ਫਿਰ ਉਹ ਜ਼ਿਆਦਾ ਬੋਡੀ ਨੂੰ ਪੰਪ ਕਰਦਾ ਜੀ ਜੀ, ਉਹਦੇ ਕਾਰਨ ਤਾਂ ਬੰਦਾ ਥੱਕਣਾ ਮਹਿਸੂਸ ਹੁੰਦਾ, ਉਹ ਨੈਚੁਰਲ ਨਹੀਂ ਹੈਗਾ ਜੀ। ਬਸ ਇਹੀ ਗੱਲ ਹੈ ਵੀ ਆਪਣੀ ਵਧੀਆ ਦੇਸੀ ਖੁਰਾਕ ਹੈ, ਉਹ ਆਪਾਂ ਨੂੰ ਪਤਾ ਵੀ ਕਿੱਦਾਂ ਵੀ ਹੋਣਾ ਉਹ ਸਹੀ ਰਹਿੰਦੀ ਹੈ ਜਾਣੀ ਕਿ ਸਰ। ਅੱਛਾ ਭਲਵਾਨ ਜੀ, ਮੈਂ ਤੁਹਾਨੂੰ ਲਾਸਟ ਦੇ ਵਿੱਚ ਇੱਕ ਜਿਹੜਾ ਤੁਹਾਡੇ ਤੋਂ ਮੈਂ ਸਵਾਲ ਕਰ ਰਿਹਾ ਵੀ ਤੁਹਾਡਾ ਭਲਵਾਨੀ ਜਗਤ ਨੂੰ ਪੰਜਾਬ ਦੀ ਜਵਾਨੀ ਜਿਹੜੀ ਦਿਨੋਂ ਦਿਨ ਨਸ਼ਿਆਂ ਦੇ ਵਿੱਚ ਗਰਕ ਹੋ ਰਹੀ ਹੈ, ਪੰਜਾਬ ਦੀ ਜਵਾਨੀ ਨੂੰ ਜਿਹੜਾ ਨਸ਼ਾ ਉਹ ਘੁਣ ਦੇ ਵਾਂਗ ਖਾ ਰਿਹਾ, ਅਤੇ ਪੰਜਾਬ ਦੀ ਜਵਾਨੀ ਨੂੰ ਪਹਿਲਵਾਨੀ ਜਗਤ ਨੂੰ ਤੁਹਾਡਾ ਕੀ ਸੁਨੇਹਾ? ਮੇਰਾ ਪਹਿਲਵਾਨ, ਮੈਂ ਤਕਰੀਬਨ ਚਲੋ ਪਹਿਲਵਾਨੀ ਦੀ ਇਹਨਾਂ ਸਾਰੇ ਇਹਨਾਂ ਨੂੰ ਨਹੀਂ ਕਹਿੰਦਾ ਨਵੀਂ ਆਉਣ ਵਾਲੀ ਪੀੜ੍ਹੀ ਨੂੰ, ਮੈਂ ਕਹਿੰਦਾ ਵੀ ਕਿਸੇ ਵੀ ਗੇਮ ਦੇ ਵਿੱਚ ਵੀ ਆਪਣੀ ਮਿਹਨਤ ਕਰੋ, ਕੋਈ ਸ਼ੋਰਟਕੱਟ ਰਸਤਾ ਨਾ ਅਪਣਾਓ, ਫਿਰ ਜਿੱਦਾਂ ਹੌਲੀ ਹੌਲੀ ਤਕਰੀਬਨ ਤੁਸੀਂ ਮਿਹਨਤ ਕਰੋਗੇ, ਇੱਕੋ ਦਿਨ ਹੀ ਕੋਈ
ਕੋਈ ਮੰਜ਼ਿਲ ਤੇ ਪਹੁੰਚਦਾ ਇੱਕੋ ਦਿਨ ਸਟਾਰ ਨਹੀਂ ਹਾਂ ਜੀ ਨਹੀਂ ਬਣਦਾ ਕਿਸੇ ਵੀ ਗੇਮ ਦੇ ਵਿੱਚ ਹੈ ਵੀ ਮਿਹਨਤ ਕਰੋ ਇਹੀ ਬਸ ਮਿਹਨਤ ਦਾ ਸਫਲਤਾ ਜੀ ਇਹੀ ਸਫਲਤਾ ਦਾ ਹਾਂ ਜੀ ਸੋ ਦੋਸਤੋ ਸਾਡੇ ਪਹਿਲਵਾਨ ਕਮਲ ਦਾ ਇਹੀ ਸੁਨੇਹਾ ਵੀ ਜਿੰਨੇ ਵੀ ਸਾਡੇ ਸਪੋਰਟਸ ਪਰਸਨ ਨੇ ਕਬੱਡੀ ਵਾਲੇ ਹੈ ਪਹਿਲਵਾਨ ਹੈ ਜਾਂ ਹੋਰ ਕੋਈ ਵੀ ਗੇਮ ਹੈ ਉਹ ਸਿਰਫ ਤੇ ਸਿਰਫ ਮਿਹਨਤ ਕਰਨ ਮਿਹਨਤ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਸਫਲਤਾ ਦਾ ਕੋਈ ਰਾਜ ਨਹੀਂ ਸੋ ਸਾਰੇ ਦੋਸਤਾਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ।